ਤਸਵੀਰਾਂ 'ਚ ਨਜ਼ਰ ਆ ਰਹੇ ਇਹ ਦੋ ਸ਼ਖਸ ਸ਼ਾਤਿਰ ਚੋਰ ਨੇ ਜਿਨ੍ਹਾਂ ਨੇ ਇੱਕ ਖੋਖੇ ਨੂੰ ਆਪਣਾ ਨਿਸ਼ਾਨਾ ਬਣਾਇਆ। ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਨੇ ਖੋਖੇ ਦੇ ਅੰਦਰ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉੱਥੇ ਪਿਆ ਸਾਰਾ ਸਮਾਨ ਲੁੱਟ ਕੇ ਇਹ ਦੋਵੇਂ ਚੋਰ ਫਰਾਰ ਹੋ ਗਏ। ਫਿਲਹਾਲ ਇਹ ਚੋਰੀ ਦੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਦੁਕਾਨ ਦੇ ਅੰਦਰ ਪਈਆਂ ਚੀਜ਼ਾਂ ਨੂੰ ਚੁੱਕ ਚੁੱਕ ਆਪਣੇ ਝੋਲੇ 'ਚ ਪਾਉਂਦੇ ਨੇ। ਨਮਕੀਨ ਦੇ ਪੈਕਟ ਤੱਕ ਨਹੀਂ ਛੱਡਦੇ, ਇੱਥੋਂ ਤੱਕ ਫਰਿੱਜ ਖੋਲ੍ਹ ਕੇ ਕੋਲਡ ਡਰਿੰਕ ਦੀਆਂ ਬੋਤਲਾਂ ਕੱਢਦੇ ਨੇ ਅਤੇ ਤੰਬਾਕੂ ਦੇ ਪੈਕਟ ਵੀ ਚੁੱਕ ਕੇ ਆਪਣੇ ਝੋਲੇ ਦੇ ਵਿੱਚ ਪਾ ਲੈਂਦੇ ਨੇ। ਇਨ੍ਹਾਂ ਚੋਰਾਂ ਨੇ ਦੁਕਾਨ ਮਾਲਕ ਦਾ ਕਰੀਬ 80,000 ਦਾ ਨੁਕਸਾਨ ਕੀਤਾ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਦੋਵੇਂ ਚੋਰ ਉੱਥੋਂ ਫਰਾਰ ਹੋ ਗਏ। ਇਹ ਘਟਨਾ ਰੂਪਨਗਰ ਦੇ ਰੈਲੋ ਰੋਡ ਤੋਂ ਸਾਹਮਣੇ ਆਈ ਹੈ, ਜਿੱਥੇ ਨਿੱਜੀ ਹਸਪਤਾਲ ਦੇ ਸਾਹਮਣੇ ਇਹ ਖੋਖਾ ਹੁੰਦਾ ਹੈ ਜਿੱਥੇ ਇਨ੍ਹਾਂ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮੌਕੇ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਮੰਗਤ ਰਾਮ ਨੇ ਕਿਹਾ ਕਿ ਉਹ ਆਪਣੇ ਘਰ ਦੁਕਾਨ ਦੇ ਥੋੜੀ ਨੇੜੇ ਆਪਣੇ ਮਕਾਨ ਦੇ ਵਿੱਚ ਆਰਾਮ ਕਰਨ ਗਿਆ ਸੀ, ਜਿਸ ਤੋਂ ਬਾਅਦ ਜਦੋਂ ਉਹ ਸਵੇਰੇ ਉੱਠਿਆ ਅਤੇ ਦੁਕਾਨ ਦੇ ਵਿੱਚ ਆਇਆ ਤਾਂ ਖੋਖੇ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ, ਜਿਸ ਤੋਂ ਬਾਅਦ ਉਹਨਾਂ ਵੱਲੋਂ ਸੀਸੀਟੀਵੀ ਨੂੰ ਖੰਗਾਲਿਆ ਗਿਆ, ਜਿਸ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਚੋਰ ਇਸ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ। ਫਿਲਹਾਲ ਦੁਕਾਨ ਮਾਲਕ ਦੇ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਉਸਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਉਹ ਗਰੀਬ ਆਦਮੀ ਹੈ ਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ, ਪਰ ਚੋਰਾਂ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਸਦਾ ਕਾਫੀ ਜ਼ਿਆਦਾ ਨੁਕਸਾਨ ਕੀਤਾ ਗਿਆ। ਮੇਰਾ ਨਾਮ ਮੰਗਤ ਰਾਮ ਮੰਗਾ ਜੀ। ਆਪਾਂ ਰਾਤ 12 ਵਜੇ ਦੇ ਕਰੀਬ ਰਾਤ ਨੂੰ ਦੁਕਾਨ ਬੰਦ ਕਰਕੇ ਸੁੱਤੇ ਜੀ, ਤਾਂ ਉਹ ਤੋਂ ਬਾਅਦ ਸਵੇਰੇ ਜਦੋਂ ਸਾਜਰੇ ਉੱਠੇ ਤਾਂ ਦੁੱਧ ਲੈਣ ਵਾਸਤੇ ਸਾਡੀ ਕੁੜੀ ਆਈ, ਉਹਨੇ ਜਦ ਦੇਖਿਆ ਦਰਵਾਜ਼ੇ ਦੇ ਕੁੰਡੇ ਟੁੱਟੇ ਹੋਏ ਤਾਂ ਉਹਨੇ ਮੈਨੂੰ ਠਾਲਿਆ ਜਾ ਕੇ ਕਹਿੰਦੇ ਵੀਰ ਜੀ ਐਂ ਕਰਕੇ ਐਂ ਵੀ ਦਰਵਾਜ਼ੇ 'ਚ ਕੁੰਡੀਆਂ, ਕਹਿੰਦੇ ਤੁਸੀਂ ਰਾਤ ਲਾਈਆਂ ਨਹੀਂ। ਮੈਂ ਦਮਾ ਦਮਾ ਕੇ ਜਦ ਦੇਖਿਆ ਇੱਥੇ ਕੁੰਡੀਆਂ ਦਰਵਾਜ਼ਾ ਖੁੱਲ੍ਹਿਆ ਹੋਇਆ ਤਾਂ ਅਤੇ ਆਪਣੀ ਜਿਹੜਾ ਜਿੰਦਾ ਤਾਂ ਤੋੜਿਆ ਹੋਇਆ ਹੈ, ਤਾਂ ਉਹਦੇ ਕਰਕੇ ਜਦੋਂ ਫਿਰ ਅੰਦਰ ਦੇਖਿਆ ਤਾਂ ਸਾਡਾ ਸਮਾਨ ਕਾਫੀ 70-80 ਹਜ਼ਾਰ ਰੁਪਏ ਦਾ ਚੋਰੀ ਹੋ ਚੁੱਕਿਆ ਤਾ ਜੀ। ਅਤੇ ਮੈਂ ਤਾਂ ਜੀ ਇੱਕ ਛੋਟਾ ਜਿਹਾ ਖੋਖਾ ਹੈ ਅਤੇ ਗਰੀਬ ਆਦਮੀ ਹੈ ਜੀ, ਆਪਣਾ ਦਿਹਾੜੀ ਡੱਪਾ ਕਰੀ ਜਾਈਦੀ, ਦਿਹਾੜੀ ਬਣ ਜਾਂਦੀ ਜੀ, ਚਲੋ ਦਿਹਾੜੀ ਆਪਣਾ 100-200 ਦਿਹਾੜੀ ਬਣਾ ਕੇ ਆਪਣਾ ਖਰਚਾ ਗੁਜ਼ਾਰਾ ਚਲਾਈ ਜਾਈਦਾ ਜੀ। ਤਾਂ ਫਿਰ ਆਹ ਦੇਖ ਲਓ ਅਤੇ ਆਪਣਾ ਰਾਤ ਨੂੰ ਅਸੀਂ ਜਦੋਂ ਰਿਕਾਰਡਿੰਗ ਆਪਣਾ ਕੈਮਰੇ ਦੀ ਚੈੱਕ ਕਰੀ ਜੀ, ਕੈਮਰੇ ਦੇ ਵਿੱਚ 3 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਉਹਨਾਂ ਨੇ 1 ਘੰਟਾ ਲਗਾਤਾਰ ਇੱਥੇ ਕਾਰਵਾਈ ਕਰੀ ਜੀ। ਕੀ ਗੱਲਬਾਤ ਹੋਈ, ਕਿੱਦਾਂ ਮਤਲਬ ਕੀ ਚੱਕਰ? ਇੱਦਾਂ ਜੀ ਮੈਂ ਦੇਖੋ ਜੀ, ਹੁਣ ਮੈਂ ਅਤੇ ਮੇਰੀ ਘਰਵਾਲੀ ਦੋਨੋਂ ਜਣੇ ਅਸੀਂ ਹਲ ਕੇ ਇੱਥੇ ਆਪਣਾ ਗੁਜ਼ਾਰਾ ਕਰਦੇ ਜੀ, ਦੁਕਾਨ ਕਰਦੇ ਆ ਇਕੱਠੇ ਹੋ ਕੇ, ਚਲੋ ਆਪਣਾ ਗੁਜ਼ਾਰਾ ਚਲਾਉਂਦੇ ਆ ਜੀ। ਤਾਂ ਪਰ ਦੇਖ ਲਓ ਹੁਣ ਜਿਹੜੇ ਚੋਰ ਹੈ ਕਿੰਨਾ ਕੁ, ਜਿਹੜਾ ਕਿ ਨੁਕਸਾਨ, ਕਿੰਨਾ ਕੁ ਸਮਾਨ? 70-80 ਹਜ਼ਾਰ ਦੇ ਕਰੀਬ ਜੀ ਸਮਾਨ ਲੈ ਗਏ, ਚੱਕ ਕੇ ਮਹਿੰਗੇ ਮਹਿੰਗੇ ਸਮਾਨ ਪਏ ਤੇ ਜੀ ਸਾਰੀਆਂ। ਜੋ ਬੰਦੇ ਜੇਕਰ ਦੇਖਿਆ ਵੀਡੀਓ, ਕਿੰਨੇ ਬੰਦੇ ਆ ਰਹੇ? ਬੰਦੇ 2 ਆ ਰਹੇ ਆ ਜੀ ਫਿਲਹਾਲ ਤਾਂ। ਅੱਛਾ ਵੀ, ਮਤਲਬ ਉਦਾਂ ਬੰਦੇ ਜਾ ਰਹੇ ਵੀ ਆ? ਹਾਂਜੀ, ਵੈਸੇ ਆਲੇ ਦੁਆਲੇ ਤਾਂ ਚਲੋ ਦੁਨੀਆਂ ਇੱਥੇ ਤਾਂ ਲੱਗ ਹੀ ਜਾਂਦੀ, ਰਾਤ ਨੂੰ ਚੱਲੀ ਜਾਂਦਾ ਰੋਡ, ਪਰ ਜਿਹੜੇ 2 ਬੰਦੇ ਮੇਨ ਆ ਰਹੇ ਆ ਜੀ, ਇੱਕ ਦੇ ਕੋਲ ਸ਼ਾਇਦ ਅਸਲਾ ਵੀ ਆ ਜੀ, ਉਹਨੇ ਅਸਲਾ ਪਾਇਆ ਹੋਇਆ ਇੱਥੇ। ਕੀ ਕਾਰਵਾਈ ਲਿਖਾਈ ਪੁਲਿਸ ਨੇ ਕੋਈ? ਹਾਂਜੀ, ਕਾਰਵਾਈ ਸਵੇਰੇ ਰਿਪੋਰਟ ਲਿਖਾ ਕੇ ਆਏ ਆ ਜੀ। ਪੁਲਿਸ ਨੇ ਕੀ? ਪੁਲਿਸ ਕਹਿੰਦੇ ਜੀ ਉਹ ਇਨਕੁਆਇਰੀ ਕਰ ਰਹੇ ਆ ਜੀ, ਦੇਖਦੇ ਆ, ਕਹਿੰਦੇ ਮਿਲਾਉਂਗੇ, ਬਾਕੀ ਜੋ ਵੀ ਇਨਕੁਆਇਰੀ ਚੱਲ ਰਹੀ ਆ ਜੀ ਦੇਖਦੇ ਆ, ਕੈਮਰੇ ਵਗੈਰਾ ਦੇਖ ਰਹੇ ਆ ਜੀ। ਸਾਡੀ ਦੁਕਾਨ ਦਾ ਸਾਰਾ ਸਮਾਨ ਚੋਰੀ ਕਰਕੇ ਲੈ ਗਏ, ਜਿੰਨਾ ਮਹਿੰਗਾ ਮਹਿੰਗਾ ਹੈਗਾ ਤਾਂ ਸਾਰੀ ਖਾਲੀ ਕਰਤੀ ਦੁਕਾਨ। ਹਾਂਜੀ, ਮਤਲਬ ਕਿੰਨਾ ਕੁ ਜਿਹੜਾ ਕਿ ਸਮਾਨ ਸੀ, ਕੀ ਸਮਾਨ ਸੀ? ਸਮਾਨ ਰੈੱਡ ਬੁੱਲ ਵਗੈਰਾ ਅਤੇ ਬੜੀਆਂ ਬੜੀਆਂ ਜਿਹੜੀਆਂ ਸਿਗਟਾਂ ਬੀੜੀਆਂ ਦਾ ਸਮਾਨ ਸਾਰਾ ਚੱਕ ਕੇ ਲੈ ਗਏ, ਨਮਕੀਨਾਂ ਦੀਆਂ ਲੇਸ ਅਤੇ ਠੰਡੇ ਠੁੰਡੇ ਵਗੈਰਾ ਸਾਰਾ ਕੁਛ ਲੈ ਗਏ। ਮਤਲਬ ਇਹ ਤੁਸੀਂ ਆਪ ਤੁਸੀਂ ਕੰਮ ਕਰਦੇ ਹੋ ਦੁਕਾਨ 'ਤੇ? ਹਾਂਜੀ, ਅਸੀਂ ਮੈਂ ਔਰ ਮੇਰੇ ਹਸਬੈਂਡ ਦੋਨੇ ਜਿਹੜੇ ਕੰਮ ਕਰਦੇ। ਮਤਲਬ ਕੀ ਗੱਲਬਾਤ, ਜਿੱਦਾਂ ਪਤਾ ਕਰੋ ਲੱਗਿਆ? ਪਤਾ ਸਾਨੂੰ ਸਵੇਰੇ ਲੱਗਿਆ ਜੀ, ਸੁੱਤੇ ਪਏ ਅਤੇ ਜਾਂ ਉੱਠੇ ਆ, ਕੁੜੀ ਦੁੱਧ ਲੈਣ ਗਈ, ਉਹਨੇ ਦੇਖਿਆ ਜਾਂਦਾ ਸਾਰਾ ਲੋਕ ਟੁੱਟਿਆ ਹੋਇਆ, ਤਾਂ ਅਸੀਂ ਆ ਕੇ ਦੇਖਿਆ ਜਾਂ ਸਾਰਾ ਸਮਾਨ ਚੋਰੀ ਹੋਇਆ। ਕੀ ਮੰਗ ਕਰਦਾ?
ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਸਾਰੇ ਜੇ ਚੋਰ ਹੈਗੇ ਉਹਨਾਂ ਨੂੰ ਫੜਿਆ ਜਾਵੇ ਵੱਧ ਤੋਂ ਵੱਧ। ਇਸ ਤਰ੍ਹਾਂ ਕਿ ਇੱਕ ਵਿਜਿੰਦਰਾ ਹਸਪਤਾਲ ਕੋਲ ਜਿਹੜੀ ਸਾਨੂੰ ਹੁਣ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਉਹਦਾ ਸ਼ਿਕਾਇਤ ਕਰਤਾ ਕਿ ਇੱਥੇ ਰਾਤ ਸਮੇਂ ਚੋਰੀ ਹੋਈ ਹੈ, ਸਾਡੇ ਜਿਹੜਾ ਪੁਲਿਸ ਪਾਰਟੀ ਨੇ ਮੌਕਾ ਦੇਖ ਲਿਆ, ਸੀ ਸੀ ਟੀ ਵੀ ਫੁਟੇਜ ਦੇ ਆਧਾਰ 'ਤੇ ਸ਼ਿਕਾਰ ਦਿੱਤਾ।